ਲੈ ਆ ਮੁੰਡੇ ਜਨ ਕਿੰਨੇ ਵਾਰੀ ਕਿਹਾ ਵੀ ਮੋਟਰ ਲਵਾ ਲੈ ਹੈ ਟੂਟੀ ਜੋ ਆ ਜਾਂਦੀ ਆ ਪਤਾ ਹੀ ਨਹੀਂ ਲੱਗਦਾ ਕਦੋਂ ਆ ਕੇ ਚਲੀ ਜਾਂਦੀ ਨੇ ਮੋਟਰ ਆਵੇ ਤਾਂ ਪਾਣੀ ਭਰ ਲਗੇ ਸੀ ਆ ਸਾਰੀ ਦਿਹਾੜੀ ਬਾਲਟੀਆਂ ਚੱਕ ਕੇ ਲੈ ਜਾਣੀਆਂ ਪੈਂਦੀਆਂ ਗਈਆਂ ਅਗਲਾ ਵੀ ਬੁਰਾ ਕਰਦਾ ਮੰਨਦਾਗਾ ਆ ਜਾ ਮਨਿੰਦਰ ਲੈ ਦੱਸ चली तो मैं सीगी कोई बेला के बेला भी देख लिया कर किसी वेले सारा दिन चाक के बाल्टियां तुरी फिरदी रहनी हैगी बंदे ने किसी पास साव काम धंधे भी जाना हुंदा गा ओहो मैं तो पानी की घुट लैन आई सी पानी मुक गया सी कपड़े धोने सीगे ना पानी सोडे हुंदा कित्थे है जिदे अज मुक गया 2000 दी मोटर आउंदी है लवाई नहीं आंदी लिया के नहीं मैं किन्ने बारी कहा उन्होंने वो कड़ा गल सुनदे ना उहदा प्यो गल सुनदा नो आप सुनदा गा मुंडा वो तो भैने गल सुनदे नहीं उहना तां सरदा गा साडी तो इत्थे सारा दिन लाइट मचाई जांदी आ तीन बारी टैंकी भरनी पैंदी आ दिन विच दी सानू बंदे नू माड़ा मोटा आप नू चाहीदा चल कोई नहीं घुट पानी दी है लोग तां अगल पुन्न करदे आ गए पानी ना पुन्न कर नू साडे किन्ना का असीं पुन्न करी चाहीगे लाइट मचा के दिंदी आ आ के पुन्न करदे आ पुन्न करदे होणगे उत्थों भर लिया जिथों पुन्न करदे आ हंकार नी करी जे थोड़े मोटर लगे तो तू हाँ बोल दी है चल मैं बोलूंगी तू जावड़ा ला जा बाल्टियां है नी साडे पानी ला जा बाबे को निकलदी होएगी असि नहीं जानियां बाबे मुबिया को होर ही तीवियां जड़ियां धक्के खांदियां फिरदियां मैं तां लीड़े सोने दे के आउनी आपदी धीरे ਨਰੇ ਮਾਸੀ ਤੂੰ ਜਾਣਦੇ ਹੋਏਂਗੀ ਬਾਬਿਆਂ ਕੋਲ ਤਾਂ ਹੀ ਤੈਨੂੰ ਪਤਾ ਬਾਬਿਆਂ ਦਾ ਨਹੀਂ ਮੈਂ ਜਾਣਦੀ ਆ ਮੈਨੂੰ ਪਤਾ ਹੀ ਆ ਵੀ ਤੂੰ ਜਾਣੀ ਆ ਬਾਬਿਆਂ ਕੋਲੇ ਉਹਦੇ ਮੇਰੇ ਨਾਲ ਗਈ ਸੀ ਹਜੇ ਤੱਕ ਬਾਬੇ ਦੀ ਸੁੱਖ ਕੜੀ ਆ ਮੈਨੂੰ ਗੋਡੇ ਜਿੱਡਾ ਲਾਂਬਾ ਦਿੱਤਾ ਬਾਬੇ ਨੇ ਨਾ ਤੂੰ ਕੀ ਬੋਲਦੀ ਆਗੀ ਹੈ ਤੇਰਾ ਕੀ ਹੱਕ ਬੋਲਣ ਦਾ ਜੋ ਤੇਰੀ ਮਾਂ ਹੈਗੀ ਗੱਲ ਕਰਨ ਨੂੰ ਨਾ ਤੇਰਾ ਕੀ ਮਤਲਬ ਮੇਰੀ ਧੀ ਨੂੰ ਕਹਿੰਦਾ ਤੂੰ ਮੇਰੇ ਨਾਲ ਗੱਲ ਕਰ ਜਿਹੜੀ ਕਰਨੀ ਆ ਨਾ ਤੂੰ ਜਿਹੜੀਆਂ ਆ ਬਾਬੇ ਵਾਲੀਆਂ ਗੱਲਾਂ ਕਰਦੀ ਆ ਨਾ ਮੈਨੂੰ ਸਾਰਾ ਪਤਾ ਪਹਿਲਾਂ ਉਹਨੂੰ ਫੋਨ ਕਰਕੇ ਸਿਖਾਤਾ ਵੀ ਮੈਂ ਲੈ ਕੇ ਆਉਂ ਬੁੜੀ ਨੂੰ ਇੰਨੇ ਪੈਸੇ ਲੈ ਲਈ ਮੈਨੂੰ ਸਾਰਾ ਪਤਾ ਲੱਗ ਗਿਆ ਸੀ ਉੱਥੇ ਸਾਇੰਟ ਨਾ ਮੈਂ ਕਿਹੜਾ ਪਚੋਲਾ ਰੱਖੀਆਂ ਵੀ ਬਾਬੇ ਨੂੰ ਇਹ ਫੋਨ ਕਰਕੇ ਕਹਿਦਾ ਤੇਰੀਆਂ ਕਰਤੂਤਾਂ ਆਈਆਂ ਤੂੰ ਹੀ ਨਹੀਂ ਦੇਖ ਕੇ ਆਈ ਸੁੱਖ ਨਾਲੇ ਮਾਸੀ ਅਸੀਂ ਦੋਨੇ ਮਾਵਾਂ ਧੀਆਂ ਕੱਲੀਆਂ ਹੋਣੀਆਂ ਤਾਂ ਸਾਨੂੰ ਘਰੇ ਹਟਾਉਣੇ ਤੁਸੀਂ ਕੋਈ ਨਾ ਮੇਰੇ ਵੀਰ ਨੂੰ ਆ ਜੰਦੇ ਉਹਨੂੰ ਲਾਉਂ ਅੱਜ ਸ਼ਿਕਾਇਤ ਨਹੀਂ ਸੱਦ ਨਹੀਂ ਤੇਰੇ ਵੀਰੇ ਨੂੰ ਤੇਰਾ ਵੀਰਾ ਕਿੱਥੇ ਜੱਜ ਲੱਗਿਆਗਾ ਮਾਸੀ ਮੇਰੇ ਭਰਾ ਨੂੰ ਵੱਧ ਘੱਟ ਨਾ ਬੋਲ ਨਾਲ ਤੈਨੂੰ ਪਤਾ ਉਹਦਾ ਗੁੱਸਾ ਬਾਲਾ ਹੀ ਭੈੜਾ ਫਿਰ ਨਹੀਂ ਜੇ ਸਾਡਾ ਮੁੰਡਾ ਨਹੀਂ ਜੱਜ ਲੱਗਿਆ ਤਾਂ ਤੁਹਾਡਾ ਕਿਹੜਾ ਲੱਗਿਆਗਾ ਉਹ ਲਵਾ ਦੇ ਮੋਟਰਾਂ ਤੈਨੂੰ ਘਰੇ ਟੂਟੀਆਂ ਲਵਾ ਦੇਣਾ ਕੋਈ ਨਹੀਂ ਲਵਾ ਲਾਂਗੇ ਮੈਂ ਤਾਂ ਕਹਿੰਦੀ ਆ ਥੋੜੀ ਮੋਟਰ ਨੂੰ ਅੱਗ ਲੱਗ ਜੇ ਹੁਣੇ ਹੀ ਸੜ ਜੇ ਹੱਥ ਨੇ ਕੋਈ ਨਹੀਂ ਸੜ ਜੇ ਪਤਾ ਤੁਹਾਨੂੰ ਸੜ ਜੇ ਅਸੀਂ ਤਾਂ ਕਰਾ ਲਾਂਗੇ ਲੋੜ ਸਾਡੇ ਤਾਂ ਹੈਗਾ ਦਾਵਾ ਤੇਰੇ ਚ ਹੈ ਨਹੀਂ ਚੱਕ ਕੇ ਬਾਲਟੀਆਂ ਤੁਰੀ ਫਿਰਦੀ ਆ ਸਾਰਾ ਦਿਨ ਚੱਲ ਨਹੀਂ ਕੁੜਕਾ ਜੜ ਲੈ ਬਾਹਰ ਮੈਂ ਤਾਂ ਕਹਿੰਦੀ ਮੰਮੀ ਨਾ ਹੀ ਜਾ ਆ ਕੇ ਨੰਨਾ ਪਾਤਾ ਇਹਨੇ ਚੱਲ ਕੋਈ ਨਹੀਂ ਪੁੱਤ ਫਿਰ ਕੱਪੜੇ ਦਾ ਸਮਾਉਣੇ ਆ ਹੁਣ ਜਿਹੜਾ ਚੰਦਰੀ ਹਰ ਵੇਲੇ ਮੱਥੇ ਲੱਗਦੀ ਰਹਿੰਦੀ ਆ ਤਪਾ ਮਾਰਿਆ ਨੇ ਤਾਂ ਮੰਮੀ ਸਟੈਮ ਨਾਲ ਆ ਜੀ ਘਰੇ ਨਾ ਕੋਈ ਨਹੀਂ ਲੈ ਬਾਪੂ ਯੋਗੂਆਂ ਚਾਰ ਪੰਜ ਦਾਤਨਾਂ ਦਾ ਤੋੜ ਲਗਾ ਵੇਖ ਲੈ ਹੈ ਕਿਵੇਂ ਬੋਲਦੀਆਂ ਗਈਆਂ ਉਹ ਕੁੜੀ ਜੀ ਵੇਖ ਲੈ ਕਿੱਡੀ ਜਵਾਨ ਲੱਗੀ ਆ ਤੇ ਹੈ ਗਿੱਠ ਦੀ ਜਵਾਨ ਉਹਦੇ ਲੱਗੀ ਵੀ ਆ ਸੌ ਕੁ ਸੌ ਬੋਲਦੀ ਐ ਵੀ ਘੁੱਟ ਪਾਣੀ ਲੈਣ ਗਈਆਂ ਤੁਹਾਡੇ ਮੈਂ ਹੋਰ ਕੀ ਥੋੜਾ ਚੱਕ ਲਿਆ ਦੱਸ ਮੈਂ ਹੈ ਉਹ ਕੀ ਹੋ ਗਿਆ ਚਾਚੀ ਵੇ ਹੋਣਾ ਕੀ ਹੈਗਾ ਆ ਤੈਨੂੰ ਪਤਾ ਹੀ ਐ ਇਹਨਾਂ ਦਾ ਹਾਏ ਕਿਧਰੋਂ ਆਉਣੀ ਆ ਬੜਬੜ ਜੀ ਕਰਦੀ ਵੇ ਆ ਪਾਣੀ ਹੈ ਨਹੀਂ ਸੀਗਾ ਪਾਣੀ ਲੈਣ ਗਈ ਸੀ ਇਹਨਾਂ ਦੇ ਤੇ ਦੋਨੇ ਮਾਵਾਂ ਧੀਆਂ ਨਾਲ ਮੇਰੇ ਗੱਲ ਪੈ ਗਈਆਂ ਇਹ ਉਹ ਇਹ ਤਾਂ ਬਾਲਗਾ ਹੰਕਾਰੀਆਂ ਚਾਚੀ ਉਹੀ ਤਾਂ ਗੱਲ ਹੈ ਇਹਨਾਂ ਦਾ ਤਾਂ ਨਾ ਜਿਉਂਦਾ ਬੁੜਾ ਜਾਨੀ ਮਰ ਗਿਆ ਸੀ ਹਾਂ ਉਦੋਂ ਇਹਨਾਂ ਨੂੰ ਰੁਪਈਏ ਮਿਲ ਗਏ ਘਰੇ ਬੈਠੇ ਨੂੰ ਥੱਬਾ ਰੁਪਈਆਂ ਦਾ ਤੇ ਬਾਕੀ ਇਹਨਾਂ ਨੂੰ ਆਏ ਹੰਕਾਰ ਵਾਲਾ ਵੀ ਉਹ ਜਵਾਕ ਜਾ ਲੱਗ ਜੂ ਨੌਕਰੀ ਤੇ ਉਹਦੀ ਤੇ ਹੈ ਤੂੰ ਕਿੱਧਰ ਇਹਨਾਂ ਦੇ ਐਵੇਂ ਜਾ ਵੜਦੀਆਂ ਤੂੰ ਸਾਡੇ ਨੂੰ ਲੈ ਜਾ ਕਰ ਚਾਰ ਬਾਲਟੀਆਂ ਵੇ ਪਾਣੀ ਨਾ ਹੈ ਨਹੀਂ ਸੀਗਾ ਆਇਆ ਟੂਟੀ ਨਹੀਂ ਆਈ ਅੱਜ ਕੱਪੜੇ ਧੋਣੇ ਸੀਗੇ ਮੈਂ ਤਾਂ ਦੋ ਬਾਲਟੀਆਂ ਪਾਣੀ ਦੇ ਲੈਣ ਬਾਗੀ ਕੀ ਪਤਾ ਕਿੱਧਰ ਨਿਕਲਦੀ ਸੀਗੀ ਬਾਬਿਆਂ ਕੋਲੇ ਜਾਂਦੀ ਰਹਿੰਦੀ ਦਿਨ ਰਾਤ ਉਹ ਹੋਰ ਉਹਨੂੰ ਕੋਈ ਕੰਮ ਨਹੀਂ ਹੈਗਾ ਤਾਂ ਬਈ ਸਾਰਾ ਦਿਨ ਨਹੀਂ ਘਰੇ ਖੜਦੀ ਅਸੀਂ ਤਾਂ ਮੈਂ ਤਾਂ ਮੇਰੀ ਬੇਬੇ ਨੂੰ ਕਿਹਾ ਪਿਆ ਮੈਂ ਕਿਹਾ ਇਹਨੂੰ ਨਾ ਘਰੇ ਬਾੜਿਆ ਕਰ ਐ ਨਹੀਂ ਪਤਾ ਕੋਈ ਧਾਗਾ ਤਵੀ ਤੇ ਸਿੱਟ ਜੇ ਕੋਈ ਪਤਾ ਨਹੀਂ ਭਾਈ ਹਰਲ ਹਰਲ ਕਰਦੀ ਫਿਰਦੀ ਰਹਿੰਦੀ ਆ ਗਲਗਾਂ 'ਚ ਕੋਈ ਪਤਾ ਨਹੀਂ ਕਦੇ ਕਿਸੇ ਦੇ ਟੂਣਾ ਕਰ ਦਿੰਦੀ ਆ ਕਦੇ ਕਿਸੇ ਟੂਣਾ ਕਰ ਦਿੰਦੀ ਆ ਲੜਾਈਆਂ ਹੋਰਾਂ ਦੇ ਪਵਾਉਂਦੀ ਹੈਗੀ ਉਹ ਬਸ ਆਈ ਆ ਤੈਨੂੰ ਪਤਾ ਇੱਕ ਮਾਜਨਾ ਛੋਟਾ ਭਾਂਡਾ ਛੋਟਾ ਸੀ ਭਰ ਗਿਆ ਬਾਲਾ ਪੈਸੇ ਖੁੱਲੇ ਆ ਗਏ ਹੈ ਉਹੀ ਤਾਂ ਗੱਲ ਹੈ ਤਾਂ ਹੀ ਸ਼ੁਕਰੀ ਫਿਰਦੀ ਰਹਿੰਦੀ ਆ ਸਾਰਾ ਦਿਨ ਚੱਲ ਆਪਾਂ ਨੂੰ ਕੀ ਜੋ ਮਰਜ਼ੀ ਕਰੇ ਮੈਂ ਤਾਂ ਪਾਣੀ ਕੱਪੜੇ ਧੋਣੇ ਸੀ ਉਹ ਮੁੰਡੇ ਜਦੋਂ ਪੈਣੀ ਆ ਗੱਲ ਜਾ ਕੇ ਉਹਨੂੰ ਕਹਿੰਨੀ ਆ ਉਹ ਮੋਟਰ ਲਵਾ ਦੂਗਾ ਐ ਵੀ ਆ ਵੀ ਇਹ ਹੁਣ ਐਡਾ ਕੋਈ ਵੱਡਾ ਕੰਮ ਵੀ ਨਹੀਂ ਜੇ ਮੋਟਰ ਲਿਆਉ ਹੈ ਵੀ ਉਹਨੂੰ ਕਹੀ ਆ ਨਹੀਂ ਆ ਤੇਰੇ ਚਾਚੇ ਨੂੰ ਬਥੇਰਾ ਕਿਹਾਗਾ ਉਹ ਦੋਨੋਂ दारू ਤੋਂ ਬਿਨਾ ਹੋਰ ਕੋਈ ਕੰਮ ਨਹੀਂ ਹੈਗਾ ਉਹ ਸਾਰੀ ਦਿਹਾੜੀ दारू ਪਿੰਦਾ ਰਹਿੰਦਾਗਾ ਓਏ ਹੁਣ ਤਾਂ ਇੰਨਾ ਪਾਣੀ ਆਉਂਦਾ 400 ਕਿੱਲੇ ਚੋਂ ਸਿੱਧੀਆਂ ਪਾਈਪਾਂ ਪਾਤੀਆਂ ਹੈ ਮੋਟਰ ਲਿਆ ਕੇ ਲਾ ਲਓ ਟੈਂਕੀ ਭਰ ਲਈ ਘੇਰਾ ਮੁੱਕਿਆ ਨਹੀਂ ਕਰਨੀ ਤਿੰਨ ਜੀ ਹੋ ਤੁਸੀਂ ਕੋਈ ਨਹੀਂ ਲਵਾ ਲਾਂਗੇ ਤੈਨੂੰ ਵੀ ਉਹ ਹੋ ਗਿਆ ਹੁਣ ਮੱਤਾਂ ਦੇਣ ਵਾਲਾ ਤੂੰ ਆ ਗਿਆ ਮੈਨੂੰ ਵੇਖ ਲਾ ਸੱਚੀ ਗੱਲ ਤਾਂ ਚੁੱਭਦੀ ਆ ਚਲ ਕੋਈ ਨਹੀਂ ਵੇ ਮੁੰਡਿਆ 5 ਵੱਜ ਗਏ ਜਿਮ ਨਹੀਂ ਜਾਣਾ ਸੀਗਾ ਤੂੰ ਤੂੰ ਤਾਂ ਮੈਨੂੰ ਕਹਿੰਦਾ ਸੀਗਾ ਮੈਂ ਤਾਂ 4:45 ਤੇ ਉੱਠ ਖੜੂੰਗਾ ਵੇ ਕਿੰਨੀ ਗੂੜੀ ਨੀਂਦ ਸੁੱਤਾ ਵੇ ਮੁੰਡਿਆ ਹੱਦ ਹੋਈ ਪਈ ਆ
ਲੈ ਇਹਨੂੰ ਤਾਂ ਐਵੇਂ ਨਹੀਂ ਪਤਾ ਲੱਗਿਆ ਬਾਹਰ ਕਿੰਨਾ ਕਲੇਸ਼ ਹੋ ਗਿਆ ਚਾਚੀ ਕਲੇਸ਼ ਕਰਕੇ ਗਈ ਮੰਮੀ ਨਾਲ ਕਿੰਨਾ ਤਾਂ ਲੜ ਕੇ ਗਈ ਆ ਲੈ ਹੂੰ ਇਹਦਾ ਵੀ ਸਰੇ ਪਿਆ ਜਮਾ ਕਾਹਦਾ ਤੂੰ ਬਸ ਆਲਸੀ ਆ ਸਾਰਾ ਦਿਨ ਦਾ ਇਹਦਾ ਮੁੰਡੇ ਦਾ ਜਮੇ ਸਰਿਆ ਪਿਆ ਮਲੇ ਇਹ ਵੀ ਪਵਾਊ ਸਾਡੀਆਂ ਪੂਰੀਆਂ ਅਸ ਤਾਂ ਮਾਮਤੀਆਂ ਇਹਦੀ ਵਿੜਾਈ ਕਰਦੀਆਂ ਥੱਕਦੀਆਂ ਇਹ ਸੁੱਤਾ ਪਿਆ ਨਹੀਂ ਥੱਕਦਾ ਮੈਂ ਤਾਂ ਲੱਗਦਾ ਨਾ ਮੰਮੀ ਨੇ ਗੁਰਤ ਵੀ ਕੁੰਭਕਰਨ ਦੀ ਦਵਾਤੀ ਇਹਨੂੰ ਤਾਂ ਹੀ ਨਹੀਂ ਉੱਠਦਾ ਸਾਰਾ ਦਿਨ ਸਿਆਪਾ ਖਾਨਾ ਇਹ ਜਿਹੀਆਂ ਚੰਦਰੀਆਂ ਮੱਥੇ ਲੱਗਦੀਆਂ ਉਹੋ ਜਿਹੇ ਕੰਮ ਹੁੰਦੇ ਆ ਨਾਲੇ ਤਾਂ ਐਡੀ ਦੂਰ ਤੁਰ ਕੇ ਗਈ ਮਸਾਂ ਨਾਲੇ ਉਹੀ ਕੰਜਰ ਖਾਨਾ ਫੇਰ ਹੋ ਗਿਆ ਉਹ ਕਿਵੇਂ ਚਾਚੀ ਬੇ ਭਾਈ ਠੀਕ ਆ ਤੂੰ ਦੱਸ ਕਿਵੇਂ ਆ ਠੀਕ ਆ ਕਿੱਧਰੋਂ ਆਉਣੀ ਆ ਝੋਲਾ ਜਿਹਾ ਚੱਕੀ ਮੈਂ ਤਾਂ ਨਾ ਮਨਿੰਦਰ ਦੇ ਕੱਪੜੇ ਫੜਾਉਣ ਗਈ ਸੀਗੀ ਸਿਆਉਣੇ ਤੇ ਉੱਥੇ ਦਰਜੀ ਮਿਲਿਆ ਨੀਗਾ ਇੱਕੋ ਚੰਦਰੀ ਉਹ ਮੱਥੇ ਸਾਡੇ ਤਾਂ ਉਹ ਐਡੀ ਰੋਡੀ ਲੱਗੀ ਪਈ ਹੈਗੀ ਤੇ ਸਾਰਾ ਦਿਨ ਖੜਾ ਹੀ ਨਹੀਂ ਛੱਡਦੀ ਮੈਂ ਤਾਂ ਬੜਾ ਚਿੱਤ ਖਰਾਬ ਹੋਇਆ ਪਿਆ ਕੌਣ ਉਹ ਲਾਡੀ ਦੀ ਮੰਮੀ ਆਹੋ ਲੈ ਚਾਚੀ ਉਹਦਾ ਕੀ ਪੁੱਛਦੀ ਹੈ ਨਾ ਉਹਦਾ ਐਡੀ ਚੰਦਰੀ ਬੁੜੀ ਹੈ ਨਾ ਬਾਅਦ ਤੂੰ ਗੱਲਾਂ ਹੀ ਛੱਡ ਦੇ ਇੱਥੇ ਬੈਠ ਤੈਨੂੰ ਮੈਂ ਗੱਲ ਦੱਸਾਂ ਬਾਈ ਮੈਂ ਬੈਂਦੀ ਨਹੀਂ ਫਿਰ ਮੈਂ ਇੱਥੇ ਉੱਠਿਆ ਨਹੀਂ ਆਣਾ ਮੇਰੇ ਟੂਈ ਦੁਖਦੀ ਮੇਰੀ ਗੱਲ ਸੁਣ ਹੁਣ ਤੂੰ ਐਂ ਦੇਖ ਲਾ ਵੀ ਸਿਆਣੀ ਪਿਆਣੀ ਹੈ ਨਹੀਂ ਬੰਦੇ ਨੂੰ ਉਮਰ ਦੇ ਨਾਲ ਹੀ ਅਕਲ ਆ ਜਾਂਦੀ ਆ ਤੜਕੇ ਚੱਕ ਲੂ ਬਾਲਟੀਆਂ ਉਹ ਇਹਦਾ ਬਹਾਨਾ ਬਣਾਉਂਦੀ ਆ ਅਜੀ ਜਾਣਾ ਤਾਂ ਹੈ ਇਸ ਗੱਲੋਂ ਤਾਂ ਮੇਰੇ ਨਾਲ ਲੜਾਈ ਹੋਈ ਆ ਹੁਣ ਕਾਲੇ ਤੂੰ ਆਪ ਸਿਆਣਾ ਕਿੱਡੇ ਕਿੱਡੇ ਬਿੱਲ ਆਉਂਦੇ ਆ ਕੀ ਗੱਲ ਭਾਈ ਅਸੀਂ ਆਪਦੇ ਘਰ ਖਾਤਰ ਤਾਂ ਪਾਣੀ ਵਰਤ ਗਏ ਚਲਾਈਏ ਮੋਟਰਾਂ ਉਹਦੇ ਖਾਤਰ ਅਸੀਂ ਕਿਉਂ ਚਲਾਈਏ ਨਾਲੇ ਆਪਦੇ ਘਰ ਟੂਟੀ ਲਵਾਉਣ ਨਾ ਲਵਾਉਣ ਅਸੀਂ ਕਿਹੜਾ ਠੇਕਾ ਲਿਆ ਮੈਂ ਇਹੀ ਗੱਲ ਉਹਨੂੰ ਕਹੀ ਮੈਂ ਕਿਹਾ ਭਾਈ ਬੇੜਾ ਕੇ ਬੇੜਾ ਦੇਖਿਆ ਕਰ ਬੰਦੇ ਨੇ 100 ਕੰਮ ਧੰਦੇ ਜਾਣਾ ਹੁੰਦਾ ਤਾਂ ਕਹਿੰਦੀ ਆ ਕਿ ਤੁਸੀਂ ਪਾਣੀ ਵਾਲੇ ਬਣਦੇ ਹੋ ਲੋਕ ਤਾਂ ਪੁੰਨ ਕਰਦੇ ਆ ਉਹ ਕਰਦੇ ਅਸੀਂ ਪੁੰਨ ਕਿਵੇਂ ਕਰਦਾਂਗੇ ਕਿੰਨੀ ਕੁ ਕਮਾਈ ਆ ਸਾਡੇ ਪੁੰਨ ਕਰਨ ਨੂੰ ਮੈਨੂੰ ਆਏ ਦੱਸ ਪਹਿਲਾਂ ਉਹ ਹੀ ਤਾਂ ਗੱਲ ਮੇਰੀ ਗੱਲ ਸੁਣ ਜੇ ਘਰੇ ਟੂਟੀ ਲਵਾਲੀ ਤਾਂ ਫਿਰ ਆ ਤੋਰਾ ਫਿਰਾ ਕਿਵੇਂ ਹੋਊਗਾ ਫਿਰ ਘਰੇ ਆਏ ਨਾ ਕਹਿ ਦੇਣਗੇ ਵੀ ਹੁਣ ਤੂੰ ਘਰੇ ਬਹਿ ਜਾ ਉਹ ਪਾਣੀ ਦਾ ਤਾਂ ਇਹ ਬਹਾਨਾ ਬਣਾਉਂਦੀ ਆ ਐਵੇਂ ਸੂਹਾ ਲੈਂਦੀ ਫਿਰਦੀ ਆ ਉਹ ਮਾੜਾ ਜਿਹਾ ਨਹੀਂ ਗੇਟ ਖੁੱਲਣ ਦਿੰਦੀ ਮਾੜਾ ਜਿਹਾ ਨਹੀਂ ਕਿਸੇ ਦਾ ਖੁੱਲਣ ਦਿੰਦੀ ਉਹਦੀ ਬਾਹਰ ਆ ਜਾਂਦੀ ਆ ਸਿਰ ਕੱਢ ਲੈਂਦੀ ਆ ਹੈ ਮੈਂਟ ਮਾਰਦੀ ਆ ਠੂ ਮੱਥੇ ਵੱਜੂ ਵੀ ਅਗਲਾ 100 ਕੰਮ ਧੰਦੇ ਜਾਂਦਾ ਹੁੰਦਾ ਸਿਆਣੀ ਬੁੜੀ ਤਾਂ ਉਹੀ ਨਹੀਂ ਮੱਥੇ ਲੱਗਦੀ ਹੁੰਦੀ ਕਿਸੇ ਦੇ ਬਾਕੀ ਖਾਲੀ ਭਾਂਡੇ ਚੱਕੀ ਫਿਰਦੀ ਰਹਿੰਦੀ ਆ ਸਾਰਾ ਦਿਨ ਹੈ ਨਾ ਹੋਰ ਦੇਖ ਲਾ ਤੂੰ ਤਾਂ ਆਪਦੇ ਜਾਣੇ ਦੁੱਕ ਜੂਗੀ ਬਿੜਕਾਂ ਲੈਂਦੀ ਵੀ ਕਿਸੇ ਨੂੰ ਪਤਾ ਨਹੀਂ ਤੇ ਉਹ ਗੇਟ ਥੱਲੇ ਦੀ ਪੈਰ ਉਵੇਂ ਜਿੱਕਰ ਦਿਸੀ ਜਾਂਦੇ ਹੁੰਦੇ ਆ ਪਰਸੋਂ 'ਚ ਉੱਥੇ ਸਾਡਾ ਮੁੰਡਾ ਗਿਆ ਬਾਹਰ ਅਸੀਂ ਆਪਦੇ ਭਾਈ 100 ਘਰੇ ਗੱਲ ਹੁੰਦੀ ਹੈ ਜਵਾਕ ਨੂੰ ਮੈਂ ਵੀ ਬੋਲਣਾ ਮੈਂ ਕੁੜੀ ਨੂੰ ਵੀ ਬੋਲਣਾ ਅਸੀਂ ਬੋਲੀ ਚੱਲ ਗਏ ਤੇ ਕੌਲੇ ਨਾਲ ਲੱਗੀ ਖੜੀ ਤੇ ਸਾਡਾ ਮੁੰਡਾ ਗਾਹਾਂ ਜਾ ਕੇ ਉਹਨੇ ਫੋਨ ਕੀਤਾ ਕਹਿੰਦਾ ਮੰਮੀ ਗਾਹਾਂ ਜਾ ਕੇ ਲੜ ਲਓ ਜਿਹੜਾ ਲੜਦਾ ਕਹਿੰਦਾ ਕੌਲੇ ਨਾਲ ਲੱਗੀ ਖੜੀ ਹੈ ਜਾ ਕੇ ਸਾਰੇ ਪਿੰਡ 'ਚ ਗੱਲਾਂ ਡਾ ਦੂੰ ਇਹੋ ਜਿਹਾ ਗਮਾਂਡ ਹੈ ਸਾਡਾ ਤਾਂ ਉਹ ਬਸ ਆਹੀ ਹਾਲ ਆ ਸਾਡੇ ਤਾਂ ਆਪ ਮੈਂ ਤਾਂ ਮੇਰੀ ਮਾਂ ਨੂੰ ਕਹੇ ਤਾਂ ਹੀ ਮੈਂ ਕਹਿੰਨੂੰ ਤਾਂ ਘਰੇ ਬਾੜੇ ਹੀ ਨਾ ਕਰ ਹੈ ਕੀ ਕਰਾਉਣਾ ਐਵੇਂ ਨਾਲੇ ਤਾਂ ਮੱਥੇ ਲਾਈ ਮਾੜੀ ਆ ਸਾਰਾ ਦਿਨ ਹੌਂਕੇ ਲੈਂਦੀ ਆ ਚੀਜ਼ਾਂ ਤੇ ਨਾਲੇ ਤਾਂ ਘਰੇ ਡੱਕਾ ਬਣਾਉਂਦੀ ਨਾਲੇ ਤਾਂ ਸਾਰਾ ਦਿਨ ਪਾਣੀ ਢੋਈ ਜਾਂਦੀ ਆ ਨਾਲੇ ਸਾਨੂੰ ਕਹਿੰਦੀ ਆ ਕਿ ਤੁਹਾਡਾ ਮੁੰਡਾ ਕਿਹੜਾ ਜੱਜ ਲੱਗਿਆ ਨਾ ਕੀ ਗੱਲ ਸਾਡਾ ਨਹੀਂ ਲੱਗਿਆ ਲੱਗ ਜੂਗਾ ਨਾ ਲੱਗੂਗਾ ਫਿਰ ਤੈਨੂੰ ਕੀ ਹੈਗਾ ਨਾ ਲੱਗੇ ਤੇ ਆਪਦੇ ਆਪਦਿਆਂ ਦਾ ਮਾਰਦੀ ਨਹੀਂ ਨਿਗਾ ਹਨਾ ਗੇੜਾ ਦਿੰਦੇ ਆ ਕਦੇ ਕਿੱਧਰ ਟੱਪ ਗਏ ਕਦੇ ਕਿੱਧਰ ਟੱਪ ਗਏ ਨਾ ਮੈਂ ਆਹੀ ਕਿਹਾ ਸੀ ਨਾ ਉਹਨਾਂ ਨੂੰ ਕਹਿ ਘਰੇ ਲਵਾ ਦੇਣ ਟੂਟੀਆਂ ਉਹ ਤਾਂ ਪਿਓ ਪੁੱਤ ਪਾ ਕੇ ਮਨ ਪੱਕਾ ਪੋਸਤ ਚਾਹ 'ਚ ਰੱਜ ਕੇ ਸੌਂ ਜਾਂਦੇ ਆ ਮੁੜ ਕੇ ਚੱਕ ਕੇ ਬਾਲਟੀਆਂ ਕੌਲੇ ਕੱਛਦੀ ਫਿਰਦੀ ਆ ਫਿਰ ਕਿਹੜਾ ਪਾਣੀ ਸਿੱਧਾ ਘਰੇ ਲੈ ਜਾਂਦੀ ਆ ਭਾਈ ਉਹਦੇ ਵੜ ਗਈ ਉਹਦੇ ਵੜ ਗਈ ਬਾਲਟੀਆਂ ਤਰ ਤਰ ਗੱਲਾਂ ਕਰਦੀ ਜਾਊ ਇਹੋ ਜਿਹੇ ਲੱਛਣ ਕਰਦੀ ਆ ਉਹ ਮੈਂ ਤਾਂ ਨਾ ਆਹ ਦਾਤਨਾ ਤੋੜੀ ਆਉਂਦਾ ਸੀ ਤੇ ਆ ਤੁਹਾਡੇ ਘਰੋਂ ਹੀ ਗਈ ਹੂੰ ਮੈਂ ਲੱਗਦਾ ਫਿਰ ਉਦੋਂ ਉਹ ਬੁੜ ਬੁੜ ਕਰਦੀ ਜਾਂਦੀ ਸੀ ਮੈਂ ਪੁੱਛ ਲਿਆ ਮਾਂ ਚਾਚੀ ਕੀ ਗੱਲ ਹੋ ਗਈ ਕਿਉਂ ਬੋਲਦੀ ਜਾਂਦੀ ਆ ਸਮਾਂ ਮੈਨੂੰ ਪਤਾ ਕੀ ਕਹਿੰਦੀ ਮੈਨੂੰ ਕਹਿੰਦੀ ਉਹਨਾਂ ਦੇ ਤਾਂ ਹੰਕਾਰ ਹੀ ਬੜਾ ਹੋਇਆ ਪਿਆ ਪੈਸੇ ਦਾ ਹੰਕਾਰ ਆ ਉਹਨਾਂ ਨੂੰ ਲੈ ਉਹਨਾਂ ਦਾ ਮੁੰਡਾ ਨੌਕਰੀ ਲੱਗ ਜੂ 100-100 ਬੋਲੀ ਤੁਹਾਡੇ ਬਾਰੇ ਮੈਂ ਤਾਂ ਫਿਰ ਉਹਦੀ ਕਹਤਾ ਮਾਂ ਚਾਚੀ ਇੱਕ ਤਾਂ ਤੈਨੂੰ ਚੀਜ਼ ਦੇਵੇ ਅਗਲਾ ਹੈ ਦੂਜੀਆਂ ਤੇਰੀਆਂ ਗੱਲਾਂ ਸੁਣੇ ਮੈਂ ਕਿਹਾ ਮੇਰੇ ਕੋਲੇ ਵਧਵੀ ਘਟਵੀ ਨਾ ਕਰ ਉਹਨਾਂ ਦੀ ਮੈਂ ਸਾਡਾ ਤਾਂ ਰੋਜ਼ ਦਾ ਆਉਣਾ ਜਾਣਾ ਵੇ ਚੱਲ ਭਾਈ ਜਦੋਂ ਨੂੰ ਸਾਡਾ ਮੁੰਡਾ ਨੌਕਰੀ ਲੱਗੂ ਦੇਖੀ ਜਾਊ ਇਹ ਤਾਂ ਪਹਿਲਾਂ ਹੀ ਔਖੀ ਹੋਈ ਫਿਰਦੀ ਆ ਚੱਲ ਛੱਡ ਪਰੇ ਕੀ ਚੰਦਰੀ ਬੁੜੀ ਦਾ ਦਲੀਆ ਦਾਲ ਨਾ ਆਪਾਂ ਚੱਲ ਮੈਂ ਵੀ ਜਾਣੀ ਆ ਘਰੇ ਸਿਆਉ ਨੂੰ ਕੁੜੀ ਲੀੜੇ ਹੋਰ ਕੀ ਆ ਫਿਰ ਹੁਣ ਉਹ ਚੱਲ ਜਾਵੜਾ ਗਰਮੀ ਵੀ ਬਾਲੀ ਹੋਈ ਪਈ ਆ ਹੋਰ ਉਹ ਨਾਲੇ ਚਾਚੀ ਸੱਚ ਇੱਕ ਗੱਲ ਹੋਰ ਸੀ ਉਹ ਐਂ ਵੀ ਕਹਿੰਦੀ ਸੀ ਕਹਿੰਦੀ ਇਹਨਾਂ ਦੀ ਮੋਟਰ ਮੱਚ ਜੇ ਲੈ ਤੈਨੂੰ ਮੋਟਰ ਮੱਚੀ ਤਾਂ ਕੀ ਮਿਲ ਜੂ ਭਲਾ ਉਹੀ ਤਾਂ ਗੱਲ ਆ ਬਸ ਹੌਂਕੇ ਲੈਂਦੀ ਆ ਜਾਣ ਕੇ ਨਾਲੇ ਤਾਂ ਗੇੜਾ ਬੰਨੀ ਰੱਖਦੀ ਆ ਨਾਲੇ ਬੇਦਬਾਈਆਂ ਦਿੰਦੀ ਆ ਦੇਖ ਲੈ ਚੱਲ ਕੋਈ ਨਹੀਂ ਚੰਦਰੀ ਬੁੜੀ ਕਿੱਥੋਂ ਮੱਥੇ ਲੱਗੀ ਆ ਸਾਰਾ ਕੰਮ ਵਿਗਾੜਤਾ ਹੁਣ ਜਵਾਕਲੀ ਨੂੰ ਘਰੇ ਮੱਥਾ ਮਾਰਨਾ ਪਊ ਲੀੜੇ ਸਿਆਉਣ ਤੇ ਮੈਨੂੰ ਐਂ ਸੀ ਚੱਲ ਜਿਹੜੇ ਦੂਜੇ ਪਾਏ ਆ ਉਹ ਸਿਆਉ ਲੂਗੀ ਉਹ ਦੇਖ ਲੈ ਹੁਣ ਤਾਂ ਇਹ ਦੋ ਬੁੜੀਆਂ ਜਿਹੜੀਆਂ ਰੌਣਕ ਲਾਈ ਰੱਖਦੀਆਂ ਵਧੀਆ ਗਵਾਂਢ 'ਚ ਜੀ ਲੱਗਿਆ ਰਹਿੰਦਾ ਕਰੀ ਜਾਵੇ ਉਧਰੋਂ ਉਧਰ ਹੀ ਇਹਨਾਂ ਦੀ ਫੇਰ ਨਹੀਂ ਟਿਕਦੀਆਂ ਇਹ ਚੱਲ ਘਰੇ ਚੱਲ ਗਏ ਰੋਟੀ ਰੁੱਟੀ ਖਾ ਕੇ ਹੁਣ ਤਾਂ ਹੋ ਗਏ ਰੋਟੀ ਜੋਗੇ ਗਿਰਾਂ ਲੈ ਵੇਖ ਲਾ ਮੈਨੂੰ ਉਧਰ ਤੋਰ ਕੇ ਆ ਮਾਂ ਨਾਲ ਸੌਂ ਗਈ ਕੁੜੇ ਹਾਂ ਪਈਆਂ ਗਦੇ ਗੁਲਟੀ ਉਹ ਕੰਮ ਦਾ ਪੂਰਾ ਕਰ ਲਾ ਆ ਗਈ ਮੈਂ ਮਸ਼ੀਨ ਨਹੀਂ ਲਾਈ ਮਸ਼ੀਨ ਕਦੇ ਲਾਵਾਂ ਮੋਟਰ ਤਾਂ ਚੱਲ ਨਹੀਂ ਰਹੀ ਕਿਉਂ ਪਤਾ ਨਹੀਂ ਕੀ ਹੋ ਗਿਆ ਨਾਲੇ ਆ ਵਾਪਸ ਲਿਆਈ ਵਾਪਸ ਤਾਂ ਲਿਆਉਣੇ ਸੀ ਜਦੋਂ ਚੰਦਰੀ ਮੱਥੇ ਲੱਗੀ ਸੀਗੀ ਹੋਰ ਕੀ ਕਰਾਂ ਕਿਉਂ ਕੀ ਹੋਇਆ ਉਹ ਤਾਂ ਵਿਆਹ ਵੀ ਉਜੜਿਆ ਪਿਆ ਕਹਿੰਦੇ 3-4 ਦਿਨ ਨਹੀਂ ਆਉਂਦਾ ਮੰਮੀ ਸਾਡੇ ਕਾਲਜ 'ਚ ਤਾਂ ਪਾਰਟੀ ਸੀ ਮੈਂ
ਵਿਆਹ ਗਿਆ ਵਿਆਹ ਆ ਮਾਸੀ ਵੀ ਨਾ ਰੋਜ਼ ਮੱਥੇ ਲੱਗ ਜਾਂਦੀ ਹੈ ਤੇ ਜਿੱਦੇ ਮੱਥੇ ਲੱਗਦੇ ਨਾ ਉਦੋਂ ਨਹੀਂ ਕੋਈ ਕੰਮ ਬਣਦਾ ਆਪਣਾ ਨਾ ਕੰਮ ਕੀ ਸਵਾਹ ਬਣੂਗਾ ਜਦੋਂ ਚੱਕ ਕੇ ਬਾਲਟ ਨਾ ਸਾਰਾ ਦਿਨ ਫਿਰਦੀ ਰਹਿੰਦੀ ਹੈ ਐਡੀ ਦੂਰ ਤੁਰ ਕੇ ਗਈ ਮਸਾਂ ਆ ਕੇ ਡਿੱਗੀ ਆ ਉਹ ਰਾਹ ਚ ਕਾਰ ਟੱਕਰ ਗਿਆ ਬਲਾਈ ਕੋਈ ਦੱਸਿਆ ਉਹਨੇ ਮੈਨੂੰ ਨਾ ਕੀ ਕਹਿੰਦਾ ਕਾਲਾ ਬਈ ਕਾਲਾ ਤਾਂ ਬਲਾਈ ਕੋਈ ਦੱਸਦਾ ਸੀ ਕਹਿੰਦਾ ਐ ਕਹਿੰਦੀ ਆ ਕਿ ਇਹਨਾਂ ਨੂੰ ਪੈਸੇ ਦਾ ਹਕਾਰ ਹੈ ਆ ਕਿ ਇਹਨਾਂ ਨੂੰ ਆਏ ਇਹਨਾਂ ਦਾ ਮੁੰਡਾ ਨੌਕਰੀ ਲੱਗ ਜੂ ਲੈ ਜਦੋਂ ਨੌਕਰੀ ਲੱਗੂ ਦੇਖੀ ਜਾਊ ਪਹਿਲਾਂ ਹੀ ਠੰਡੇ ਹੋ ਕੇ ਲੈਂਦੀ ਫਿਰਦੀ ਆ ਤੇ ਨਾਲੇ ਹੋਰ ਕਹਿੰਦਾ ਐ ਕਹਿੰਦੀ ਸੀ ਕਿ ਇਹਨਾਂ ਦੀ ਮੋਟਰ ਮੱਚ ਜੇ ਸੱਚੀ ਜਮੀ ਕਾਲੀ ਜੀ ਵਾਲੀ ਮੰਮੀ ਆ ਮੱਚ ਗਈ ਮਿਲਾ ਮੋਟਰ ਤਾਂ ਹੀ ਤਾਂ ਚੱਲੀ ਨਹੀਂ ਕਿੰਨਾ ਮੱਥਾ ਮਾਰੀ ਗਈ ਮੈਂ ਪੂਰਾ ਅੱਧਾ ਘੰਟਾ ਵੇਸਟ ਹੋ ਗਿਆ ਮੇਰਾ ਬੋਲਕ ਬੋਲ ਕਰ ਗਈ ਉਹੀ ਪੂਰੇ ਹੋ ਗਏ ਤਾਂ ਹੀ ਤਾਂ ਮੈਂ ਕਹਿੰਦੀ ਆ ਵੀ ਕਾਹਨੂੰ ਕਿਸੇ ਦੇ ਮੱਥੇ ਲੱਗੇ ਇਹ ਚੰਦਰੀ ਬੁੜੀ ਮੰਮੀ ਤੂੰ ਤਾਂ ਘਰੇ ਜਾ ਕੇ ਕਹੀ ਭਾਈ ਸਾਡੇ ਘਰੇ ਆਉਣ ਦੀ ਲੋੜ ਨਹੀਂ ਹੈਗੀ ਆ ਮਚਾ ਕੇ ਰੱਖਤੀ ਮੋਟਰ ਮੈਂ ਤਾਂ ਕਹਿੰਦੀ ਪੈਸੇ ਵੀ ਉਹ ਤੋਂ ਹੀ ਲੈ ਕਿ ਤੂੰ ਹੀ ਬੋਲ ਕੇ ਗਈ ਨਹੀਂ ਉਹ ਕਿੱਥੋਂ ਪਾਣ ਦੇ ਦੂਗੀ ਉਹਦੇ ਕੋਲ ਪੈਸੇ ਹੋਣ ਤਾਂ ਇੱਥੇ ਕੋਈ ਜਪਕਦੀ ਫਿਰੇ ਪਾਣੀ ਨੂੰ ਹੁਣ ਮੈਨੂੰ ਐਂ ਦੱਸ ਹੁਣ ਆਪਾਂ ਕੀ ਕਰਾਂਗੇ ਉਹ ਕੱਪੜਿਆਂ ਢੇਰ ਲੱਗਿਆ ਪਿਆ ਕਲਦੀ ਪੁੱਠਿਆ ਨਹੀਂ ਹਜੇ ਕਿੱਥੇ ਉੱਠਿਆ ਲੈ ਉਹ ਪਿਆ ਰੋਜ਼ ਕਹਿੰਦਾ ਮੈਂ ਤਾਂ 5 ਵਜੇ ਉੱਠੂਗਾ ਮੈਂ ਤਾਂ ਜਿਮ ਜਾਊਂਗਾ ਇਹਦੇ ਜਿਮ ਬਸ ਬਿੱਡਾਂ ਤੇ ਹੀ ਆ ਇਹ ਨਹੀਂ ਉੱਠਦਾ ਹੈਗਾ ਜਦੋਂ ਪਾ ਜਾਂਦਾ ਫਿਰ ਤਾਂ ਕੇਸਰ ਮਾਰ ਜਾਂਦਾ ਹੈ ਚੱਲ ਜਦੋਂ ਉੱਠ ਖੜਿਆ ਪਹਿਲਾਂ ਤਾਂ ਚਾਹ ਦੀ ਘੁੱਟ ਕਰ ਲਾ ਜਦੋਂ ਉੱਠ ਖੜਿਆ ਫਿਰ ਉਹਨੂੰ ਦਿਖਾਉਣੇ ਆ ਮੋਟਰ ਕੇਰਾ ਫਿਰ ਲੀੜੇ ਕੱਪੜ ਧੋਤੇ ਬਿਨਾਂ ਤਾਂ ਸਰਨਾ ਨਹੀਂ ਕਾਹਦੀ ਗੱਲ ਆ ਨਾਲੇ ਆਹ ਕੰਮ ਰਹਿ ਗਿਆ ਨਾਲੇ ਮੋਟਰ ਮੱਚ ਗਈ ਫਿਰ ਹੁਣ ਸਿਆਪਾ ਉਧਰੋਂ ਤਾਂ ਲੀੜਿਆਂ ਦਾ ਕਚੋਲਾ ਉਧਰੋਂ ਤੇਰੇ ਲੀੜਾਂ ਦਾ ਹੁਣ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰ ਲਾ ਮੈਂ ਤਾਂ ਚਿੱਤ ਖਰਾਬ ਹੋਇਆ ਪਿਆ ਅੱਗੇ ਬਥੇਰੀਆਂ ਸੁਣਾਈਆਂ ਕਾਲੇ ਨੇ ਮੈਨੂੰ ਗੱਲਾਂ ਜਿਹੜਾ ਕੁਝ ਬੋਲਦੀ ਆ ਉਹ ਬਾਹਲੀ ਮਾੜੀ ਬੁੜੀ ਆ ਸੱਚੀ ਇਹ ਠੰਡਾ ਹੌਂਕਾ ਲੈ ਕੇ ਗਈ ਆ ਲਦੂਰਾ ਕੰਮ ਵਿਗਾੜਤਾ ਨਾ ਦਰਜੀ ਮਿਲਿਆ ਨਾਲੇ ਮੋਟਰ ਮੱਚ ਗਈ ਨਾਲੇ ਲੀੜੇ ਵਿਚਾਲੇ ਧੋਣ ਵਾਲੇ ਪਏ ਆ ਲੈ ਵੇਖ ਲਾ ਆ ਪਿਆਗਾ ਇੱਕ ਇਹਦਾ ਪਿਓ ਹੈਗਾ ਉਹ ਸਵੇਰੇ ਨਿਕਲ ਜਾਂਦਾ ਕਿਸੇ ਪਾਸੇ ਹੈ ਨਾ ਉਹ ਘਰੇ ਵੜਦਾਗਾ ਨਾ ਇਹ ਕਿਸੇ ਗੱਲ ਤੇ ਆਉਂਦਾਗਾ ਵੀ ਬੰਦਾ ਹੋਵੇ ਕੋਈ ਮਾੜੀ ਮੋਟੀ ਗੱਲ ਤਾਂ ਸੁਣ ਲੇ ਇਹਨਾਂ ਪਿੱਛੇ ਮੈਂ 100 ਕੋ ਸੁਣ ਕੇ ਆਈ ਆ ਉਹ ਸੜੀ ਹੋਈ ਜਨਾਨੀ ਤੋਂ ਵੀ ਉੱਠ ਖੜ ਹੁਣ ਅੰਦਰੋਂ ਨਿਕਲ ਕੇ ਹੁਣ ਤੂੰ ਇੱਥੇ ਪੈ ਗਿਆ ਪੈਣ ਵੀ ਨਹੀਂ ਦਿੰਦੀ ਲੈ ਅਗੇ ਪੈ ਨਹੀਂ ਦਿੰਦੀ ਸਾਰੀ ਦਿਹਾੜੀ ਪਿਆ ਹੀ ਰਿਹਾ ਕਰ ਕੋਈ ਕੰਮ ਨਾ ਕਰਿਆ ਕਰ ਸ਼ਰਮ ਮੰਨ ਲਓ ਕਿ ਮਾੜੀ ਮੋਟੀ ਉਹਨੇ ਮੈਨੂੰ 100 ਕੋ ਸੁਣਾਇਆ ਦੋ ਬਾਲਟੀਆਂ ਪਾਣੀ ਪਿੱਛੇ ਲਿਆਂਦਾ ਨਹੀਂ ਪਾਣੀ ਲਿਆਂਦਾ ਨਹੀਂ ਪਾਣੀ ਅਗਲੀ ਨੇ ਭਰਨ ਨਹੀਂ ਦਿੱਤਾਗਾ ਘਰੋਂ ਮੋੜਦਾ ਚੱਲ ਚੰਗਾ ਤੂੰ ਐਂ ਕਰ ਚਾਹ ਲਿਆ ਦੇ ਵਿੱਚ ਥੋੜਾ ਜਿਹਾ ਸਮਾਨ ਪਾ ਕੇ ਫੇਰ ਕਰਦੇ ਆਂ ਕੋਈ ਕੰਮ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਚਾਹ ਲਿਆ ਦੇ ਵਿੱਚ ਸਮਾਨ ਪਾ ਕੇ ਹੈ ਸਾਰੀ ਦਿਹਾੜੀ ਤੁਹਾਡੇ ਕੋਲ ਚਾਹ ਹੀ ਨਹੀਂ ਲੋਟ ਆਉਂਦੀਆਂ ਮੇਰੇ ਤੋਂ ਓ ਬੇਬੇ ਲਿਆ ਦੇ ਬਾਪੂ ਵਾਲਾ ਪਿਆ ਹੋਊਗਾ ਉੱਥੇ ਥੋੜਾ ਜਿਹਾ ਫਿਰ ਕਰਦਾ ਕੰਮ ਮੈਂ ਲਿਆ ਦਿੰਦਾ ਪਾਣੀ ਭਰ ਕੇ ਕੀ ਗੱਲ ਹੋ ਗਈ ਪਾਣੀ ਕਿਉਂ ਨਹੀਂ ਦਿੱਤਾ ਉਹਨਾਂ ਨੇ ਅਗਲੀ ਕਹਿੰਦੀ ਸਾਡੇ ਤੇ ਬਿੱਲ ਆ ਗਿਆ 10,000 ਰੁਪਿਆ ਕੌਣ ਭਰੂਗਾ ਕਹਿੰਦੀ ਹੈ ਕਿ ਤੂੰ ਮੋਟਰ ਲਵਾ ਲਾ 100 ਕੁਸ ਮੈਨੂੰ ਸੁਣਾਇਆਗਾ ਨਾ ਤੁਸੀਂ ਮੋਟਰ ਨਹੀਂ ਲਵਾ ਸਕਦੇਗੇ ਉਹ ਕਿੱਥੋਂ ਲਵਾ ਦਈਏ ਮੋਟਰ ਬਾਪੂ ਖਰਚਾ ਦਿੰਦਾ ਹੋਵੇ ਤਾਂ ਮੋਟਰ ਵੀ ਲਵਾ ਦਈਏ ਹੁਣ ਦਿੰਦੇ ਨਹੀਂ ਜਦੋਂ ਖਰਚਾ ਉਹ ਤੇ ਤੂੰ ਕਾਹਦੇ ਵਾਸਤੇ ਆ ਤੂੰ ਵੀ ਕੋਈ ਕੰਮ ਧੰਦਾ ਕਰ ਲਿਆ ਕਰ ਉਹਨਾਂ ਦਾ ਮੁੰਡਾ ਵੇਖ ਲਾ ਉਹ ਦੇਖ ਕਿੰਨਾ ਵਧੀਆ ਕੰਮ ਕਰਦਾਗਾ ਹੈ ਤੇ ਅਗਲੀਆਂ ਇੰਨੀ ਉਹ ਕਰਦੀਆਂ ਸੀਆਂ ਸਾਡਾ ਮੁੰਡਾ ਤਾਂ ਫੜ ਕੇ ਨੌਕਰੀ ਲੱਗੂਗਾ ਨੌਕਰੀ ਲੱਗੂਗਾ ਐਵੇਂ ਲੱਗ ਤਾਂ ਮੇਰਾ ਵੇਖ ਲੈ ਇੱਕ ਬਿੱਜੂ ਪੱਲੇ ਪਿਆ ਮੇਰੇ ਬੇਬੇ ਤੂੰ ਐਵੇਂ ਪਿੱਛੇ ਲੱਗ ਜਾਨੀ ਆ ਮੇਰੀ ਗੱਲ ਤਾਂ ਸੁਣ ਲੈ ਕੀ ਕਰਦਾ ਉਹਨਾਂ ਦਾ ਮੁੰਡਾ ਉਹ ਕੱਖ ਨਹੀਂ ਕਰਦਾ ਪਿਆ ਰਹਿੰਦਾ ਸਾਰਾ ਦਿਨ ਮੇਰੇ ਵਾਂਗੂ ਉਹ ਮੈਂ ਤਾਂ ਹਜੇ ਵੀ ਉੱਠ ਕੇ ਕੋਈ ਸਮਾਨ ਸੱਪਾ ਖਾ ਕੇ ਕਿਸੇ ਕੰਮ ਦੇ ਲੜ ਲੱਗ ਜਾਣਾ ਉਹਦਾ ਪੂਰਾ ਨਹੀਂ ਅੰਦਰ ਹੀ ਬੜਾ ਰਹਿੰਦਾ ਆਹੋ ਜਾਣਦੀ ਆ ਮੈਂ ਤੈਨੂੰ ਕੰਮ ਦੇ ਲੜ ਲੱਗਣ ਵਾਲੇ ਨੂੰ ਜਿਹੋ ਜਿਹਾ ਕੰਮ ਤੂੰ ਕਰਕੇ ਦੇਣਾ ਜਿਹੋ ਜਿਹਾ ਤੇਰਾ ਪਿਓ ਲਿਆ ਕੇ ਕਮਾ ਕੇ ਦਿੰਦਾ ਮੈਨੂੰ ਉਹ ਜਿਹਾ ਤੂੰ ਦੇਈ ਜਾਂਦਾਗਾ ਉਹ ਕਿਉਂ ਬੇਬੇ ਕੋਈ ਨਹੀਂ ਪਾਣੀ ਤਾਂ ਬੜਾ ਔਖਾ ਹੋ ਗਿਆ ਪਾਣੀ ਤਾਂ ਲਿਆਉਣਾ ਸੀ ਆਥਣੇ ਨਾਲੇ ਤੈਨੂੰ ਪਤਾ ਆ ਦਾਰੂ ਕੱਢਣੀ ਸੀਗੀ ਮੈਂ ਕਿਹਦੇ ਲਿਆਵਾਂ ਭਾਈ ਰੋਜ਼ ਮੈਂ ਕਿਹਦੇ ਬਾਲਟੀਆਂ ਚੱਕ ਚੱਕ ਕੇ ਜਾਵਾਂ ਜੇ ਤੁਹਾਨੂੰ ਲੋੜ ਆ ਗਈ ਤਾਂ ਤੁਸੀਂ ਘਰੇ ਮੋਟਰ ਲਵਾ ਲਓ ਅਗਲੀ ਕਹਿੰਦੀ 2,000 ਦੀ ਮੋਟਰ ਲੱਗਦੀ ਆ ਉਹੀ ਨਹੀਂ ਲਿਆ ਕੇ ਲਵਾਈ ਜਾਂਦੀ ਤੁਹਾਡੇ ਤੋਂ ਗਾਹਾਂ ਉਹਦੀ ਕੁੜੀ ਜੀ 100 ਕੁਛ ਬੋਲੀ ਮੈਨੂੰ ਕੁੜੀ ਜੀ ਕੀ ਬੋਲਦੀ ਸੀ ਲੈ ਉਹ ਵੀ ਬਥੇਰਾ ਕੁਛ ਬੋਲਦੀ ਸੀ ਸਾਨੂੰ ਆ ਕੇ ਤੂੰ ਘਰੇ ਆ ਕੇ ਢਾਉਣੀ ਆਈ ਨਾ ਮੈਂ ਲੈਣ ਦਾ ਪਾਣੀ ਗਈ ਸੀ ਉਹਨਾਂ ਦੇ ਹੈ ਉਹ ਕਿਤੇ ਨਿਕਲਦੀ ਹੋਣੀ ਆ ਕਿਸੇ ਬਾਬੇ ਕੋਲੇ ਤੂੰ ਸੁਣਾ ਦਿੰਦੀ ਨਾ ਕਹਿੰਦੀ ਮੇਰੇ ਮੱਥੇ ਲੱਗ ਗਈ ਤੂੰ ਬਥੇਰਾ ਕੁਛ ਸੁਣਾ ਕੇ ਆਈ ਆ ਮੈਂ ਤਾਂ ਕੁੜੀ ਜੀ ਨੂੰ ਬੋਲਦੀ ਫੁਕਰੀ ਆ ਬੇਬੇ ਜਮਾ ਸਿਰੇ ਦੀ ਕਾਲਜ 'ਚ ਮੇਰੇ ਨਾਲ ਹੀ ਪੜ੍ਹਦੀ ਸੀ ਮੈਂ ਤੈਨੂੰ ਕਹਿੰਦਾ ਸੁਣਾ ਕੇ ਆਉਣੇ ਸੀ ਦੋ ਚਾਰ ਜਿਹੜਾ ਮੂੰਹ ਬੰਦ ਹੋ ਜਾਂਦਾ ਉਹਦਾ ਆ ਇੱਥੇ ਫਿਰਦੀ ਹੁੰਦੀ ਸੀ ਤੁਹਾਡੇ ਨਾਲ ਖੇਡਦੀ ਮਨ ਮਨ ਦਾ ਨਲੀ ਲੰਕਦੀ ਹੁੰਦੀ ਸੀ ਨਾ ਇਹ ਨਵਾਉਂਦੀ ਸੀ ਨਾ ਧਮਾਉਂਦੀ ਸੀ ਇਹਨਾਂ ਨੂੰ ਹੁਣ ਬਣੀ ਆ ਇਹ ਜਵਾਕਾਂ ਵਾਲੀ ਨਾ ਹੋਰ ਕੀ ਕਹਿੰਦੀ ਸੀ ਇਹ ਲੈ ਹੋਰ ਕੀ ਕਹਿਣਾ ਸੀ ਤੈਨੂੰ ਨਸ਼ੇੜੀ ਦੱਸਦੀ ਸੀ ਹੋਰ ਕੀ ਕਹਿਣਾ ਸੀਗਾ ਤੇਰੇ ਪਿਓ ਨੂੰ ਕਹਿੰਦੀ ਆ ਕਿ ਉਹ ਸ਼ਰਾਬੀ ਹੈਗਾ ਲੈ ਬੇਬੇ ਆਪਾਂ ਇਹਨਾਂ ਤੋਂ ਕੁਝ ਲੈ ਕੇ ਖਾਣੇ ਆਗੇ ਐਂ ਬੋਲਦੇ ਜਿਹੜਾ ਕੋਈ ਗੱਲ ਨਹੀਂ ਹੁਣ ਬੋਲਣ ਦੇ ਨੂੰ ਕਾਲਜ ਤਾਂ ਮੈਂ ਬਥੇਰੀ ਕੁੱਟੀ ਆ ਅੱਜ ਕੱਲ ਜੇ ਗਲੀ ਚ ਆਈ ਨਾ ਫਿਰ ਦੇਖੀਆ ਬੰਦ ਆ ਗਈ ਆ ਤੇਰੇ ਕੋਈ ਲਾਂਬਾ ਲੈ ਕੇ ਆਉਗੇ ਦੀ ਮਾਂ ਉਦੋਂ ਫਿਰ ਬਾਅਦ ਆਪੇ ਸਾਂਭ ਲਈ ਠੀਕ ਹੈ ਨਾ ਮੈਂ ਦੱਸੋ ਉਹਨੂੰ ਨਸ਼ੇੜੀ ਕਿਵੇਂ ਹੁੰਦੇ ਆ ਮੇਰਾ ਤਾਂ ਆਪ ਦਾ ਕਾਲਜਾ ਫੂਕਿਆ ਪਿਆ ਜਦੋਂ ਦਾ ਉਹਨੇ ਮੈਨੂੰ ਪਾਣੀ ਤੋਂ ਮੋੜਿਆਗਾ ਤੁਹਾਨੂੰ ਵੀ ਬਸ਼ਰਮੋ ਸ਼ਰਮ ਨਹੀਂ ਆਉਂਦੀਗੀ ਮੈਨੂੰ ਉਹਦੇ ਘਰੇ ਭੇਜ ਦਿੰਦੇ ਬਾਲਟੀਆਂ ਚੱਕ ਕੇ ਉਹ ਕੋਈ ਨਾ ਬੇਬੇ ਹੁਣ ਮੈਂ ਤਾਂ ਸੁੱਤਾ ਪਿਆ ਸੀਗਾ ਤੂੰ ਐਂ ਕਰ ਜੇ ਪਾਣੀ ਲੈ ਕੇ ਆਉਣਾ ਮੈਂ ਲਿਆ ਦਿੰਦਾ ਤੂੰ ਅੰਦਰੋਂ ਜਾ ਪਾ ਪਿਆ ਨਾ ਹੁਣ ਤੂੰ ਕਿਹਦੇ ਲੈ ਆਏਗਾ ਪਾਣੀ ਮੈਨੂੰ ਐਂ ਦੱਸ ਪਹਿਲਾਂ
ਚਾਹ ਲੈ ਆਈ ਹੁਣ ਬਾਵਾ ਸਾਰੀ ਬਾਟੀ ਭਰ ਕੇ ਐਂ ਕਿਵੇਂ ਬੋਲੀ ਮੇਰੀ ਮਾਂ ਨੂੰ ਪਾਣੀ ਪਿੱਛੇ ਐਡਾ ਮੁੱਦਾ ਬਣ ਗਿਆ ਕੋਈ ਨਾ ਟੂਟੀ ਤਾਂ ਇਹਨਾਂ ਦੀ ਬਾਹਰ ਆ ਨਾ ਅੱਖ ਨਹੀਂ ਫਰਕਣ ਦਿੰਦਾ ਮੋਟਰ ਜੀ ਫਿਰ ਕਵਾੜੀਏ 'ਤੇ ਗਈ ਲੈ ਜਾਂ ਫਿਰ ਅੱਜ ਇਹ ਨਹੀਂ ਜਾਂ ਇਹਨਾਂ ਦੀ ਮੋਟਰ ਨਿਕੁੜ ਗਏ ਤੂੰ ਕੀ ਕਰੀ ਜਾਂਦੀ ਹੱਥ ਲਾ ਲੈਂਗੀ ਇੱਥੇ ਨਾਲ ਪੁੱਠੇ ਕੰਮ ਮੈਨੂੰ ਆਇਆ ਮੈਂ ਠੀਕ ਤੂੰ ਉਹਨੂੰ ਜੱਕੜੀ ਪਰ ਉਠਾ ਕੇ ਲਿਆ ਉਹਨੂੰ ਦਿਖਾਉਨੇ ਆਪਾਂ ਨਹੀਂ ਫਿਰ ਸੱਦ ਲਿਆਊਗਾ ਮਿਸਤਰੀ ਨੂੰ ਉਹ ਨਹੀਂ ਉੜਦਾ ਵੀ ਉਠਾ ਲੈ ਮੈਨੂੰ ਮੈਂ ਕਿਹਾ ਨਾਲ ਲੱਗ ਜਾਏਗੀ ਹਰ ਜਗ੍ਹਾ ਰੱਖੇ ਤੋ ਕਿੱਥੋਂ ਸਾਪਾ ਖੜਾ ਕੀਤਾਗਾ ਉੱਠ ਕਰ ਹੁਣ ਬਥੇਰਾ ਜਰਦਾ ਪਿਆਗਾ ਦੇਖ ਲੈ ਮੋਟਰ ਖਰਾਬ ਹੋ ਗਈ ਆ ਆਉਣਾਗਾ ਹੁਣ ਵੀ ਨਹੀਂ ਦਿੰਦਗਾ ਸਾਰਾ ਦਿਨ ਨਿਕਲ ਗਿਆ ਕੱਪੜੇ ਧੋਣ ਵਾਲੇ ਪਾਇਆ ਤੂੰ ਤਾਂ ਆਉਣਾ ਮਾਲਕ ਮਾਲਕ ਤੁਰਿਆ ਕੀ ਹੋ ਗਿਆ ਤੂੰ ਦੇਖ ਮਾੜਾ ਜਾਂ ਨਹੀਂ ਫਿਰ ਸੱਦ ਲਿਆਈ ਉਹਨੂੰ ਕਿਹਨੂੰ ਦੇਖਾਂ ਮਿਸਤਰੀ ਦਾ ਲਾਈਟ ਆਪਣੇ ਆਹ ਮੋਟਰ ਮੱਚ ਗਈ ਮੈਨੂੰ ਤਾਂ ਲੱਗਦਾ ਲੜੀ ਹੈਗੀ ਲੈ ਦੇਖ ਲਈ ਲੈ ਵੇਖ ਲਈ ਦਾ ਹਾਏ ਨਹੀਂ ਨਹੀਂ ਸਾਰੇ ਇੱਕੋ ਜਿਹੇ ਨਹੀਂ ਰੋਡੇ ਸੌਂ ਨਹੀਂ ਦਿੰਦਗਾ ਕੁਛ ਤਾਂ ਲਵੀਰਾ ਹੋਰ ਹੀ ਫੜ ਲੈਣੇ ਨੂੰ ਧੁੱਪੇ 4 ਵੱਜ ਗਏ ਆ ਅੱਥੰਡੇ ਆ ਕਲੈਸਰ ਮੱਚ ਗਿਆ ਨਾ ਕੀ ਲੋਡ ਪਤਾ ਤੇ ਇਹ ਜਾ ਕੀ ਲੋਡ ਪਾਣਾ ਸੀ ਉਹ ਸਿਆਪਾ ਉਹ ਕਰਕੇ ਗਈ ਆ ਉਹ ਆਪਣੀ ਕਮਾਂਡਰ ਤਾਈ ਬਾਸੀ ਇਹ ਨਹੀਂ ਚੱਲਦੀ ਹੁਣ ਤੜਕੇ ਪਾਣੀ ਨੂੰ ਆਈ ਸੀ ਕਹਿੰਦਾ ਹਾਏ ਨਹੀਂ ਕਹਿੰਦੀ ਸਾਡੀ ਮੋਟਰ ਮੱਚ ਜੇ ਆ ਮਚਾ ਗਈ ਬਾਈ ਤੇ ਮੋਟਰ ਲੈ ਨਹੀਂ ਹੁਣ ਮੈਂ ਅੱਜ ਦੱਸ ਤੇ ਮਿਸਤਰੀ ਨੂੰ ਸੱਦ ਕੇ ਕਰਾ ਲੈਣਾ ਲੋਡ ਮਿਸਤਰੀ ਸੱਦ ਲੈਣੇ ਆ ਕਰਾ ਦਿੰਨੇ ਆ ਲੋਡ ਤਾਂ ਇਹਨੂੰ ਹੋ ਜੂਗੀ ਚਲ ਮੈਂ ਤਾਂ ਸੌਣਾ ਜਾ ਕੇ ਮਿਸਤਰੀ ਨੂੰ ਫੋਨ ਕਰਦਾ ਲੈ ਇਹ ਤਾਂ ਕਿਤੇ ਲੱਲਰ ਨਾ ਲਾਵੇ ਪਾਲੀ ਤੋਂ ਤੇ ਲੀੜੇ ਤੂੰ ਹੀ ਮੈਂ ਤਾਂ ਲਿਬੜੀ ਪੜੂੰ ਧੋਂਦੇ ਨਹੀਂ ਹੁਣ ਮੈਂ ਤੇਰੇ ਬੜਾ ਸਿਆਪਾ ਹੋਇਆ ਹੁਣ ਉਹਦੀ ਜਾਨ ਨੂੰ ਰੋਵਾਂ ਮੈਂ ਜਾ ਕੇ ਵੀ ਤੂੰ ਬਾਈ ਤਲੇ ਸਾਡੀ ਮੋਟਰ ਨੂੰ ਕੀ ਕਰਕੇ ਆਈ ਐ ਮੈਨੂੰ ਤਾਂ ਲੱਗ ਠੀਕ ਵੀ ਨਹੀਂ ਹੁੰਦੀ ਇਹ ਤੂੰ ਨਾ ਜਾ ਨੇੜੇ ਮੈਂ ਤੈਨੂੰ ਦੱਸਾਂ ਇੱਧਰ ਹੋ ਜਾ ਹੁਣ ਮੈਂ ਤਾਂ ਕਹਿੰਦੀ ਮੈਂ ਘਰੇ ਜਾ ਕੇ ਜਰੂਸ ਕੱਢ ਕੇ ਆਉਣੀ ਉਹਦਾ ਕੰਜਰੀ ਦਾ ਘਰੇ ਜਾਂਦੀ ਕਿ ਲੋੜ ਅੰਮੀ ਬਾਹਰ ਚ ਖੜ ਕੇ ਗਾਲਾਂ ਕੱਢ ਆਪੇ ਆ ਜੂਗੀ ਆਹੋ ਮੈਂ ਕਰਦੀ ਆ ਜਲੂਸ ਐ ਲੋਟ ਨਹੀਂ ਆਉਂਦੀ ਗੁੱਤ ਨੂੰ ਬਟਾਏ ਤਾਂ ਦੇਣਾ ਹੀ ਪਊਗਾ ਆ ਜਾ ਮੰਮੀ ਹਾਂ ਐ ਨਹੀਂ ਲੋਟ ਆਉਂਦੀ ਇਹ ਕੰਜਰੀ ਕਿੱਥੋਂ ਪਾਪ ਲੱਗੀ ਹੈਗੀ ਲੈ ਵੇਖ ਲੈ ਕੰਜਰੀ ਹੁਣ ਬਾਹਰ ਚੜੀ ਬੈਠੀ ਐ ਪਤਾ ਨਹੀਂ ਕਿੱਧਰ ਨਿਕਲੀ ਐ ਨਿਕਲ ਨਹੀਂ ਇੱਧਰ ਬਾਹਰ ਆ ਮੋਟਰ ਮਚਾਤੀ ਸਾਡੀ ਬੇੜਾ ਬੈਠੇ ਅਲਗੇ ਕੰਜਰੀ ਕਿਸੇ ਥਾਂ ਦੀ ਇਹ ਨਹੀਂ ਆਉਂਦੀ ਹੁਣ ਬਾਹਰ ਇਹਨੂੰ ਕੀ ਲੋੜ ਆਉਂਦੀ ਤੂੰ ਨਾ ਟੱਪਾ ਕਰਾਇਆ ਨੇ ਆਪਣੇ ਤੇ ਪੂਰਾ ਕਿੱਦਾਂ ਠੰਡਾ ਹੋ ਕੇ ਲੈ ਕੇ ਗਈ ਐ ਕੀ ਗੱਲ ਹੋ ਗਈ ਦੇਦੀ ਬਈ ਹੋਣਾ ਕੀ ਸੀ ਮੋਟਰ ਮਚਾਤੀ ਸਾਡੀ ਉਹੀ ਗੱਲ ਹੋਈ ਬਈ ਜਿਹੜੀ ਤੂੰ ਕਹਿੰਦਾ ਸੀਗਾ ਵੀ ਮੋਟਰ ਕਹਿੰਦੀ ਸੀ ਮੋਟਰ ਮੱਚ ਜੇ ਉਹ ਮੱਚ ਗਈ ਮੈਂ ਕੀ ਪਤਾ ਭਾਈ ਕੀ ਕੀਤਾ ਉਹਨੇ ਜਿਹੜੀ ਮੋਟਰ ਮੱਚ ਗਈ ਮੈਂ ਤਾਂ ਨਾ ਤੜਕੇ ਉੱਥੇ ਬੈਠਾ ਹੀ ਸਾਥ 'ਚ ਤੇ ਜਾਂਦੀ ਸੀ ਝੋਲਾ ਚੱਕੀ ਮੈਂ ਤਾਂ ਤੁਹਾਨੂੰ ਦੱਸਣਾ ਭੁੱਲ ਗਿਆ ਹਜੇ ਤਾਂ ਬਾਵਾ ਮੋਟਰ ਤੇ ਟਲ ਗਈ ਆਈ ਬਲਾਈ ਮੈਂ ਤਾਂ ਲਾਦਾ ਵੀ ਕਿਤੇ ਤੁਹਾਡਾ ਹੋਰ ਵੀ ਨਾ ਨੁਕਸਾਨ ਕਰਦੇ ਉਹ ਤਾਂ ਹੀ ਕਹਿੰਦੀ ਸੀ ਮੋਟਰ ਮਚਾਉ ਨਹੀਂ ਆਏ ਮੋਟਰ ਕਿਵੇਂ ਮੱਚ ਜੂ ਕਰਕੇ ਆਈ ਹੈ ਕੋ ਟੂਣਾ ਟੱਪਾ ਆਪਣੀ ਮੋਟਰ ਤੇ ਓਹ ਇੰਨੇ ਤੇ ਬਾਬਿਆਂ ਕੋਲ ਜਾਂਦੀ ਹੈਗੀ ਕੀ ਪਤਾ ਹੁਣ ਕੀ ਕਰਾਇਆ ਤਾਂ ਮੰਮੀ ਹਾਏ ਹੁਣ ਦੱਸ ਕੀ ਕਰਾਂਗੇ 3-4 ਹਜ਼ਾਰ ਲੱਗਣ ਨੂੰ ਥਾਂ ਕਰਤਾ ਵੀ ਕੁਛ ਨਾ ਕਰੋ ਇੱਕ ਤਾਂ ਇੱਥੇ ਫੋਟੋ ਬਣਾ ਕੇ ਕੁੱਟੋ ਉਹਦੀ ਚੱਪਲਾਂ ਨਾਲ ਤੇ ਗਾਲਾਂ ਕੱਢੋ ਆਪੇ ਪਤਾ ਤਾਂ ਲੱਗੂਗਾ ਵੇ ਕੀ ਪਤਾ ਭਾਈ ਕਿੱਡਾ ਕਿਤਾ ਗਤਵੀਰ ਤਕੜਾ ਕਰਾ ਕੇ ਲਿਆਈ ਅਸੀਂ ਕੀ ਸਾਡੀ ਫੋਟੋ ਕੁੱਟੀ ਕੀ ਕਰੂਗੀ ਓ ਕੁਛ ਨਹੀਂ ਹੁੰਦਾ ਬਾ ਮੇਰੀ ਗੱਲ ਸੁਣ ਕੋਈ ਨਹੀਂ ਮੈਂ ਉਹ ਕਹਿ ਜੂਗਾ ਜਾਂਦਾ ਹੋਇਆ ਉਧਰ ਵੀਰੇ ਨੂੰ ਲੋਡ ਕਰਾ ਦੂ ਕਰ ਜੂਗਾ ਉਹ ਆ ਕੇ ਤੇ ਤੁਸੀਂ ਨਾ ਇੱਥੇ ਫੋਟੋ ਬਣਾ ਲਓ ਉਹਦੀ ਤੇ ਨਾਲੇ ਕੱਢੋ ਗਾਲਾਂ ਗੰਦੀਆਂ ਗੰਦੀਆਂ ਫੇਰ ਪਤਾ ਲੱਗੂ ਅਗਲੇ ਨੂੰ ਅਸੀਂ ਤਾਂ ਗਾਲਾਂ ਹੀ ਕੱਢਾਂਗੇ ਜੇ ਆ ਗਈ ਤਾਂ ਇੱਥੇ ਢਾ ਲਾਂਗੇ ਕੱਢੋ ਕੱਢੋ ਗਾਲਾਂ ਤਾਂ ਗੋੜਦਾਂ ਰੇਲ ਬਣਾਵਾਂਗੇ ਦੀ ਰੇਲ ਮੋੜੋ ਗਲੀ ਨਹੀਂ ਲੰਘਦੀ ਸਾਡੀ ਇਹ ਉਹ ਸਾਨੂੰ ਭੰਨਾਂਗੇ ਅਸੀਂ ਤਾਂ ਹੁੰਦੇ ਨਾ ਸਹੀ ਕਰਾ ਇੱਥੇ ਖੜੀਆਂ ਬਾਹਰ ਚ ਹਾਂ ਅੱਜ ਲਾਉਣੇ ਆ ਉਂਗਲਾਂ ਚਾਚੀ ਨੂੰ ਜਾ ਕੇ ਹੁਣ ਤਾਂ ਮੌਕਾ ਹੀ ਆ ਤਮਾਸਾ ਦੇਖਣ ਦਾ ਚਾਚੀ ਉਹ ਚਾਚੀ ਉਹ ਚਾਚੀ ਹੈਗਾ ਲਾਡੀ ਨਾ ਲਾਡੀ ਤਾਂ ਹੈ ਨਹੀਂਗਾ ਪੁੱਤ ਘਰੇ ਉਹ ਗਾਲਾਂ ਦੇ ਹੀ ਜਾਂਦੀਆਂ ਤੈਨੂੰ ਦੂਜੀ ਚਾਚੀ ਗੀਆਂ ਕੱਕਣੇ ਗੀਆਂ ਕਿਉਂ ਉਹ ਮੈਨੂੰ ਕੋ ਗਾਲਾਂ ਦੇ ਜਾਂਦੀਆਂ ਕੀ ਗੱਲ ਹੋ ਗਈ ਉਹ ਕਹਿੰਦੀਆਂ ਕਿ ਸਾਡੀ ਮੋਟਰ ਮੱਚ ਗਈ ਹੈ ਕਿ ਤੂੰ ਧਾਗਾ ਤਵੀਤ ਕਰਾਤਾ ਲੈ ਆਏ ਤਾਂ ਅੱਗੇ ਤਵੀਤਾਂ ਨਾਲ ਮੋਟਰਾਂ ਸਰ ਜਾਂਦੀਆਂ ਹੁੰਦੀਆਂ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਕਿਉਂ ਕਮਲ ਕੁੱਟਿਆ ਐ ਗੰਦ ਮੰਦ ਨਹੀਂ ਵਗਦੇ ਹੁੰਦੇ ਉਹ ਤਾਂ ਤੇਰੇ ਪੇਕਿਆਂ ਤੱਕ ਗਾਲਾਂ ਦੇ ਜਾਂਦੀਆਂ ਕੋਈ ਨਹੀਂ ਮੈਂ ਜਾਣੀ ਆ ਦਿੰਨੀ ਆ ਪਤਾ ਉਹਨਾਂ ਨੂੰ ਐ ਕਿਵੇਂ ਗਾਲਾਂ ਕੱਢਣੀਆਂ ਨਾ ਨਾ ਮੈਂ ਕਿਹਾ ਸੀ ਮੈਂ ਕਿਹਾ ਐ ਤਾਂ ਅੱਗੇ ਤਵੀਤਾਂ ਨਾਲ ਤਾਂ ਕਿਤੇ ਕੋਈ ਕੰਧ ਨਾ ਟਾ ਦੇ ਅੱਗੇ ਨਾ ਅੱਗੇ ਉਹ ਅੱਗੇ ਸਾਡੇ ਕਰਾ ਆ ਗਈ ਸਾਡੀ ਮੋਟਰ ਮੱਚ ਗਈ ਕਿ ਤੜਕੇ ਸਾਨੂੰ ਕਹਿ ਕੇ ਗਈ ਸੀ ਵੀ ਹੱਥਾਂ ਨੂੰ ਤੁਹਾਡੀ ਮੋਟਰ ਮਚਾ ਦੂੰ ਵੇ ਭਾਈ ਨੀਤਾਂ ਨੂੰ ਮਰਾਦਾ ਹੁੰਦੀਆ ਉਹਨਾਂ ਦੀ ਨੀਤ ਹੀ ਮਾੜੀ ਸੀ ਜੇ ਪਾਣੀ ਦੀ ਬਾਲਟੀ ਮੈਨੂੰ ਭਰਨ ਦੇ ਦਿੰਦੀਆਂ ਸਵੇਰੇ ਤਾਂ ਕਾਹਨੂੰ ਮੋਟਰ ਮੱਚਦੀ ਚੱਲ ਤੂੰ ਮੈਂ ਤਾਂ ਤੈਨੂੰ ਐਂ ਕਹਿਣਾ ਤੂੰ ਮੜਾ ਜਾ ਜਾ ਐਵੇਂ ਉੱਥੇ ਬੋਲਿਓ ਤਾਂ ਨਾ ਵਾਲਾ ਅਗਲੇ ਨੂੰ ਕਹਿ ਦੇ ਤੂੰ ਕਹਿ ਭਾਈ ਮੈਂ ਤਾਂ ਕੁਛ ਨਹੀਂ ਕਰਿਆ ਨਾਲੇ ਉਹ ਗੱਲ ਕਰਦੀਆਂ ਗੱਲ ਜਾ ਕੇ ਵਾਲਾ ਬੋਲੀ ਜਾਂਦੀਆਂ ਦੋਨੇ ਜਣੀਆਂ ਖੜੀਆਂ ਕਿਤੇ ਹੁਣ ਤੈਨੂੰ ਚੁੰਬੜ ਜਾਣ ਲੈ ਛੱਡਿਆ ਕਰ ਐਵੇਂ ਇਹਨੂੰ ਕਿਵੇਂ ਚੁੰਬੜ ਜਾਣੀਆਂ ਮੈਂ ਗੋਡਾ ਥੱਲੇ ਨਾਲ ਲੈ ਲੂ ਨਾ ਲਾਡੀ ਹੈਗਾ ਤੈਨੂੰ ਨਾਲ ਲੈ ਜਾ ਮੈਂ ਤਾਂ ਕਹਿਣਾ ਫਿਰ ਵੀ ਬੰਦੇ ਦਾ ਸਹਾਰਾ ਕੋਈ ਨਹੀਂ ਲਾਡੀ ਆ ਜੂਗਾ ਆਪੇ ਮੈਂ ਜਾ ਕੇ ਆਉਣੀ ਹੈਗੀ ਚੱਲ ਨਹੀਂ ਤੂੰ ਚੱਲ ਮੈਂ ਮੰਮੀ ਨੂੰ ਭੇਜ ਦਿੰਨਾ ਮੇਰੀ ਨੂੰ ਟਿਕਾ ਦੂਗੀ ਗੱਲ ਕੋਈ ਨਹੀਂ ਕੋਈ ਮੈਂ ਆਪੇ ਫਿਰ ਸਾਹ ਨੂੰ ਹੈਗੀ ਇਕੱਲੀ ਮੈਂ ਆ ਜਾਂਦੀ ਕਿਰਾਂ ਮੈਂ ਬਣਾਉ ਮੰਮੀ ਇਹਦੀ ਰੇਲ ਜਾਂਦੀਆਂ ਨਹੀਂ ਆਪਾਂ ਮੈਂ ਪੁੱਛ ਦੇ ਜਾ ਕੇ ਸੌਕਣ ਮੇਰੀ ਨੂੰ ਆ ਜਾ ਨਹੀਂ ਆ ਜਾ ਸੌਕੜੇ ਤੈਨੂੰ ਢੀਕੀ ਆਣੀ ਸੀ ਨਹੀਂ ਮੈਨੂੰ ਮੈਂ ਕੀ ਕੀਤਾਗਾ ਤੂੰ ਕਾਹਦੀ ਲੱਗੀ ਆ ਮੈਨੂੰ ਗਾਲਾਂ ਦੇਣ ਹੈ ਨਾ ਤੂੰ ਕੀਤਾ ਕਿਉਂ ਨਹੀਂ ਤੂੰ ਸਾਨੂੰ ਕਹਿ ਕੇ ਗਈ ਸੀ ਅੱਗੇ ਸਾਡੀ ਮੋਟਰ ਮਚਾਉ ਮ
ਜਾਲੇ ਚੰਪਲੀ ਆ ਗਈ ਹਾਂ ਕੀ ਗੱਲ ਕਰਦੇ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਗਾਲਾਂ ਕੱਢੀ ਜਾਂਦੀਆਂ ਨੂੰ ਬਾਹਰ ਚ ਖੜੀਆਂ ਨੇ ਘਰੇ ਬਾੜ ਲੈ ਇਹਨੂੰ ਹੁਣ ਪਤਾ ਨਹੀਂ ਮੈਂ ਤੁਹਾਡਾ ਕੀ ਜਲੂਸ ਕੱਢਦਾ ਦਿਖਾ ਮੈਨੂੰ ਕਿਹੜੀ ਮੋਟਰ ਬੱਚੀ ਆ ਤੁਹਾਡੀ ਨਾ ਮੈਂ ਕੋ ਲੱਗਾ ਤੂੰ ਲੱਗ ਜਾ ਜਿਹੜੀ ਜਾਲੀ ਜਿਆਦਾ ਹਕਾਰੀ ਬੋਲਦੀ ਹੈਗੀ ਆ ਤੇਰੀ ਕੁਛ ਲੱਗਦੀ ਮੱਚ ਗਈ ਤੇਰੀ ਨੀਮਾ ਇਹਦਾ ਹੱਥ ਦੇ ਵਿੱਚ ਕੱਲਾ ਹੱਥ ਕੀ ਇਹਨੂੰ ਮੇਰੀ ਸੌਕਣ ਨੂੰ ਸਾਰੀ ਨੂੰ ਤੇਰੇ ਵਿੱਚ ਜਿਹੜਾ ਕਹਿੰਦਾ 3000 ਦਾ ਨੁਕਸਾਨ ਕਰਕੇ ਗਈ ਆ ਇਹ ਨਾ ਤੁਸੀਂ ਦੋਨੇ ਮਾਵਾਂ ਦੀਆਂ ਲੱਗ ਜਣਾ ਇਹਦੇ ਨਾਲ ਮੋਟਰ ਤੁਹਾਡੀ ਮੱਚੀ ਆ ਦੋਸ ਮੈਨੂੰ ਦਿੰਦਗਾ ਗਈਆਂ ਉਹ ਹਟ ਜਾ ਤੁਸੀਂ ਕਿਉਂ ਜਲੂਸ ਕੱਢਿਆ ਨਾ ਜਲੂਸ ਕੱਢ ਗਏ ਨਾ ਦੇਖਣਾ 3000 ਨੂੰ ਖੂਹ ਪੱਟ ਗਈ ਪੈਸੇ ਤੇਰੇ ਪਾਇਆ ਇੱਥੇ ਨਾ ਮੈਂ ਕੀ ਕਰੇਗਾ ਖੂਹ ਪੱਟਣ ਨੂੰ ਇਹਨਾਂ ਦਾ ਬਾਈ ਇਹਨੇ ਕਿਹਾ ਸੀ ਕਿ ਮੋਟਰ ਮੱਚ ਜੇ ਤੁਹਾਡੀ ਅੱਜ ਪਾਣੀ ਮੰਗਣ ਆਈ ਸੀ ਕਿ ਤਾਂ ਕਿ ਕਰਕੇ ਤੇ ਇਹ ਕਿਹੜਾ ਕੱਸੀ ਵਾਲੇ ਬਾਬੇ ਦੀ ਗੱਲੀ ਆ ਤਾਂ ਇਹਨੂੰ ਨਹੀਂ ਪਤਾ ਇਹ ਕਿੱਥੇ ਕਿੱਥੇ ਫਿਰਦੀ ਆ ਇੱਕ ਸਿਆਣਾ ਨਹੀਂ ਛੱਡਦੀ ਆਇਆ ਇਤਵਾਰ ਨਵੇਂ ਥਾਂ ਜਾਂਦੀ ਆ ਇਹ ਨਹੀਂ ਬੈਦਲੇ ਮੈਂ ਨਹੀਂ ਬਾਬਿਆਂ ਕੋਲੇ ਜਾਂਦੀ ਤੂੰ ਗਈਆਂ ਕੀ ਆ ਸਵੇਰੇ ਹੀ ਗਈਆਂ ਝੋਲਾ ਚੱਕ ਕੇ ਕੋਈ ਗਈ ਨਹੀਂ ਸਾਡਾ ਤਾਂ ਜੁੱਤੀ ਨਹੀਂ ਜਾਂਦੀ ਤੂੰ ਜਾਂਦੀ ਆ ਚੁੱਪ ਕਰ ਜਾ ਕੋਈ ਨਹੀਂ ਬੇ ਤੂੰ ਵੀ ਚੁੱਪ ਕਰ ਜਾ ਤੈਨੂੰ ਵੀ ਮੈਂ ਜਾਣਦੀ ਆ ਤੂੰ ਕਿੰਨੇ ਕ ਪਾਣੀ ਜਾ ਪਵਾ ਕੇ ਨਾ ਪਰਚਾ ਇੱਥੇ ਤੇ ਵਿੱਚੇ ਤੇਰਾ ਨਾਲ ਲਵਾਉਂਗੀ ਦੇਖੀ ਜਾਈ ਚੜਾਉਂ ਤੈਨੂੰ ਨੌਕਰੀ ਮੈਂ ਜਾ ਅੰਦਰ ਐ ਵੀ ਤੇਰੇ ਤੇ ਗਲਤ ਜਾ ਮੈਂ ਤਾਂ ਅਸੀਂ ਦੇਖਦੇ ਤੂੰ ਜਾ ਅੰਦਰ ਜਾਉ ਜਾਲੇ ਚਾਂਬਲੀਆਂ ਨਾ ਤੂੰ ਪਰਚਾ ਕਿਹੜਾ ਪਵਾਏਂਗੀ ਨਹੀਂ ਸਾਰੇ ਜਵਾਬ ਤੇ ਬਥੇਰਾ ਪਵਾ ਦੂੰਗੀ ਜਿਵੇਂ ਤੁਸੀਂ ਪਿਆਰ ਨਾਲ ਮੈਨੂੰ ਤਿੰਨੇ ਜਣੇ ਅੰਦਰ ਲੈ ਕੇ ਆਏ ਨਾ ਥੋੜਾ ਦੇਖੀ ਜਾਈ ਤੂੰ ਕਿਵੇਂ ਤੁਹਾਡੇ ਨਕਣਾ ਲਖੀ ਨਾ ਕਢਾਉਂਦੀ ਮੈਂ ਮਾਂ ਇਹ ਤਾਂ ਪੈਰ ਵੀ ਮਾੜਿਆ ਤੈਨੂੰ ਘਰੋਂ ਕੱਢ ਚਾਚੀ ਨੂੰ ਚੱਲ ਨਿਕਾਲਾ ਕੱਢ ਮੇਰੇ ਪੈਰ ਮਾੜਿਆ ਤੁਸੀਂ ਬਾਲੀਆਂ ਕਰਮ ਵਾਲੀਆਂ ਆ ਜਾ ਇਹ ਤੂੰ ਨਾਲ ਸਾਡੇ ਤੇ ਬੜੀਆਂ ਨਾ ਬੱਤਰੂ ਮੜਾ ਦੇ ਤੂੰ ਮੇਰੇ ਸੌਕਾਂ ਨੂੰ ਰੇਤੇ ਚ ਮੱਧ ਦੇਣੂ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਜਿਹੜੀ ਤੁਸੀਂ ਸਾਡੀ ਹੁਣੀ ਨਵੀਂ ਨਵੀਂ ਵੀਡੀਓ ਦੇਖ ਕੇ ਹਟੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਦੇ ਥੱਲੇ ਕਮੈਂਟ ਵਧੀਆ ਵਧੀਆ ਜ਼ਰੂਰ ਕਰਕੇ ਜਾਇਆ ਕਰੋ ਤਾਂ ਕਿ ਸਾਨੂੰ ਹੌਸਲਾ ਮਿਲਦਾ ਵੀ ਕਮੈਂਟ ਪੜ੍ਹ ਕੇ ਨਾ ਵੀ ਕਿਹਦੀ ਐਕਟਿੰਗ ਵਧੀਆ ਲੱਗੀ ਜਾਂ ਕਿਹਦੀ ਨਹੀਂ ਵਧੀਆ ਲੱਗੀ ਸਾਨੂੰ ਸਾਰਾ ਆਪਦੇ ਵਿਚਾਰ ਦਿਆ ਕਰੋ ਬਾਕੀ ਆਹ ਮੇਰੇ ਦੋ ਭਰਾ ਖੜੇ ਆ ਨਾਲ ਇਹਨਾਂ ਦਾ ਅਸੀਂ ਨਵਾਂ ਚੈਨਲ ਬਣਾਇਆ ਦੇਸੀ ਜੱਟਸ ਦੇ ਨਾਮ 'ਤੇ ਮਤਲਬ ਚੈਨਲ ਇਹਨਾਂ ਦਾ ਕੰਮ ਆਪੇ ਸਾਰੇ ਕਰਾਂਗੇ ਠੀਕ ਹੈ ਸਾਰੇ ਜਾਣੇ ਮਤਲਬ ਵਿੱਚ ਆਇਆ ਕਰਾਂਗੇ ਸਾਰੇ ਜਾਣੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਉਸ ਚੈਨਲ 'ਤੇ ਸਾਨੂੰ ਇਕੱਲੀਆਂ ਕਮੇਡੀ ਵੀਡੀਓਜ਼ ਦੇਖਣ ਨੂੰ ਮਿਲਣਗੀਆਂ ਠੀਕ ਹੈ ਤਾਂ ਹੱਸਣ ਲਈ ਸਾਨੂੰ ਦੇਖਣ ਲਈ ਉਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇੱਕ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਦੇਵਾਂਗੇ ਉਸ ਨੂੰ ਜਾ ਕੇ ਟਿੱਕ ਕਰ ਲਿਓ ਇਹਨਾਂ ਦਾ ਚੈਨਲ ਆਪਦੇ ਆਪ ਨਿਕਲ ਆਊਗਾ ਅਤੇ ਉਸ 'ਤੇ ਜਾ ਕੇ ਸਬਸਕ੍ਰਾਈਬ ਕਰਨਾ ਅਤੇ ਵੀਡੀਓਜ਼ ਦੇਖ ਕੇ ਹੱਸਣਾ ਨਾ ਭੁੱਲਿਓ ਥੈਂਕ ਯੂ ਮਿਹਰਬਾਨੀ